ਦੀਰਕਾਰ ਪ੍ਰਧਾਨ ਬਣਦੀ ਆ ਤਾਂ ਅਕਾਲੀ ਦਲ ਦੇ ਪ੍ਰਧਾਨ ਸਕਬੀਰ ਸਿੰਘ ਬਾਦਲ ਪ੍ਰਧਾਨਗੀ ਵਾਗਤ ਹੈ ਰਜਨਾ ਟਾਈਮਸ ਦੇਖਣ ਵਾਲੇ ਸਰੋਤਿਆਂ ਦਾ ਮੈਂ ਤਰਨਦੀਪ ਸਿੰਘ ਅੱਜ ਅੰਮ੍ਰਿਤਸਰ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੀ ਪ੍ਰਧਾਨਗੀ ਨੂੰ ਲੈ ਕੇ ਚੋਣ ਹੋਣ ਜਾ ਰਹੀ ਆ ਉਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਆਗੂ ਵਿਰ사 ਸਿੰਘ ਬਲਟੋਆ ਅਤੇ ਸਖਦੇਵ ਸਿੰਘ ਢੀਂਸਾ ਇੱਕ ਦੂਜੇ ਨੂੰ ਮਿਣ ਮਿਣੀ ਹੁੰਦੇ ਨਜ਼ਰ ਆ ਰਹੇ ਨੇ ਸਖਦੇਵ ਸਿੰਘ ਢੀਂਸਾ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਜੇ ਬੀਬੀ ਜਗੀਰ ਕੌਰ ਨੂੰ 25 ਵੋਟਾਂ ਤੋਂ ਘੱਟ ਵੋਟਾਂ ਪਈਆਂ ਤਾਂ ਮੈਂ ਸਿਆਸਤ ਛੱਡ ਦੇਵਾਂਗਾ ਤਾਂ ਉਧਰ ਬਿਰ사 ਸਿੰਘ ਬਲਟੋਹਾ ਜੋ ਅਕਾਲੀ ਦਲ ਤੋਂ ਨੇ ਤਾਂ ਉਹਨਾਂ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਜੇ ਬੀਬੀ ਜਗੀਰ ਕੌਰ ਪ੍ਰਧਾਨ ਬਣਦੀ ਆ ਤਾਂ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਪ੍ਰਧਾਨਗੀ ਛੱਡ ਦੇਣਗੇ ਇਸ ਵਕਤ ਜਿਹੜੇ ਵੱਡੇ ਬਿਆਨ ਦਿੱਤੇ ਗਏ ਨੇ ਦੋਹਾਂ ਆਗੂਆਂ ਦੇ ਵੱਲੋਂ ਮੈਣੋ ਮੈਣੀ ਹੁੰਦੇ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਅੱਜ VOTING ਹੋਣ ਜਾ ਰਹੀ ਆ ਐਡਵੋਕੇਟ ਧਾਮੀ ਔਰ ਦੂਜਾ ਧੜਾ ਹੈ ਬੀਬੀ ਜ਼ਗੀਰ ਕੌਰ ਦਾ ਲਗਾਤਾਰ ਕਾਂਟੇ ਦਾ ਟੱਕਰ ਹੈ ਦੋਹਾਂ ਪੱਖੋਂ ਜਿਨ੍ਹਾਂ ਦਾ ਪਲੜਾ ਭਾਰੂ ਹੋਵੇਗਾ ਉਹ ਪ੍ਰਧਾਨਗੀ ਉਹਨਾਂ ਨੂੰ ਹਾਸਲ ਹੋ ਜਾਵੇਗੀ ਪਰ ਇੱਕ ਪਾਸੇ ਦਾ ਬੀਬੀ ਜ਼ਗੀਰ ਕੌਰ ਨੂੰ ਸੁਖਦੇਸ਼ ਸਿੰਘ ਢੀਂਡਸਾ ਦਾ ਸਾਥ ਆ 40 ਮੈਂਬਰਾਂ ਤੋਂ ਜ਼ਿਆਦਾ ਔਰ ਦੂਜੇ ਪਾਸੇ ਅਕਾਲੀ ਦਲ ਅਤੇ ਐਡਵੋਕੇਟ ਧਾਮੀ ਜੋ ਮੈਂਬਰ ਨੇ ਉਮੀਦਵਾਰ ਨੇ ਔਰ ਉਹਨਾਂ ਨੂੰ ਅਕਾਲੀ ਦਲ ਦਾ ਸਮਰਥਨ ਆ ਪਰ ਜਿਹੜੀ ਇਹ ਟੱਕਰ ਆ ਕਾਂਟੇਦਾਰ ਹੁੰਦੀ ਜਾ ਰਹੀ ਆ ਕਿਉਂਕਿ ਉਧਰ ਵੀ ਵੀ ਜਗੀਰ ਕੌਰ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਸੀ ਕਿ ਅਸੀਂ ਇਸ ਵਾਰ ਬਾਦਲਾਂ ਤੋਂ ਸ਼੍ਰਮਣੀ ਕਮੇਟੀ ਤੋਂ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ ਸਾਹਮਣੇ ਆਇਆ ਸੀ ਇਸ ਵਾਰ ਅਸੀਂ ਬਾਦਲਾਂ ਤੋਂ ਸਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਛੜਬਾ ਲਾਵਾਂਗੇ ਪਰ ਉਧਰ ਐਡਵੋਕੇਟ ਧਾਮੀ ਔਰ ਅਕਾਲੀ ਦਲ ਦਾ ਬਲਟੋਹਾ ਜੋ ਵਿਰਸਾ ਸਿੰਘ ਬਲਟੋਹਾ ਦਾ ਬਿਆਨ ਆਇਆ ਸੀ ਕਿ ਹਰ ਬਾਰ ਦੀ ਤਰ੍ਹਾਂ ਇਸ ਬਾਰ ਵੀ ਜੋ ਸਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦੀ ਪ੍ਰਧਾਨ ਜੀ ਦੀ ਚੋਣ ਦੇ ਵਿੱਚ ਐਡਵੋਕੇਟ ਧਾਮੀ ਹੀ ਜਿੱਤਣਗੇ ਸੋ ਦੇਖਣਾ ਹੋਵੇਗਾ ਕਿ ਜਦੋਂ ਇਸ ਦਾ ਰਿਜ਼ਲਟ ਆਵੇਗਾ ਤਾਂ ਸਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦੀ ਪ੍ਰਧਾਨਗੀ ਦੇ ਵਿੱਚ ਸਵਾਗਤ ਹੈ ਰੋਜ਼ਾਨਾ ਟਾਈਮਸ ਦੇਖਣ ਵਾਲੇ ਸਰੋਤਿਆਂ ਦਾ ਮੈਂ ਤਰਨਦੀਪ ਸਿੰਘ ਅੱਜ ਅੰਮ੍ਰਿਤਸਰ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੀ ਪ੍ਰਧਾਨਗੀ ਨੂੰ ਲੈ ਕੇ ਚੋਣ ਹੋਣ ਜਾ ਰਹੀ ਆ ਉਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਆਗੂ ਵਿਰਸਾ ਸਿੰਘ ਬਲਟੋਆ ਅਤੇ ਸਖਦੇਵ ਸਿੰਘ ਢੀਂਂਸਾ ਇੱਕ ਦੂਜੇ ਨੂੰ ਮਿਣ-ਮਿਣੀ ਹੁੰਦੇ ਨਜ਼ਰ ਆ ਰਹੇ ਨੇ ਸਖਦੇਵ ਸਿੰਘ ਢੀਂਂਸਾ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਜੇ ਬੀਬੀ ਜਗੀਰ ਕੌਰ ਨੂੰ 25 ਵੋਟਾਂ ਤੋਂ ਘੱਟ ਵੋਟਾਂ ਪਈਆਂ ਤਾਂ ਮੈਂ ਸਿਆਸਤ ਛੱਡ ਦੇਵਾਂਗਾ ਤਾਂ ਉਧਰ ਬਿਰਸਾ ਸਿੰਘ ਬਿਲਟੋਹਾ ਜੋ ਅਕਾਲੀ ਦਲ ਤੋਂ ਨੇ ਤਾਂ ਉਹਨਾਂ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਜੇ ਬੀਬੀ ਜਗੀਰ ਕੌਰ ਪ੍ਰਧਾਨ ਬਣਦੀ ਆ ਤਾਂ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਪ੍ਰਧਾਨਗੀ ਛੱਡ ਦੇਣਗੇ ਇਸ ਵਕਤ ਜਿਹੜੇ ਵੱਡੇ ਬਿਆਨ ਦਿੱਤੇ ਗਏ ਨੇ ਦੋਹਾਂ ਆਗੂਆਂ ਦੇ ਵੱਲੋਂ ਮਹਿਣੋ ਮਹਿਣੀ ਹੁੰਦੇ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਅੱਜ VOTING ਹੋਣ ਜਾ ਰਹੀ ਆ ਐਡਵੋਕੇਟ ਧਾਮੀ ਔਰ ਦੂਜਾ ਧੜਾ ਹੈ ਬੀਬੀ ਜਗੀਰ ਕੌਰ ਦਾ ਲਗਾਤਾਰ ਕਾਂਟੇ ਦਾ ਟੱਕਰ ਹੈ ਦੋਹਾਂ ਪੱਖੋਂ ਜਿੰਨਾ ਦਾ ਪਲੜਾ ਭਾਰੂ ਹੋਵੇਗਾ ਉਹ ਪ੍ਰਧਾਨਗੀ ਉਹਨਾਂ ਨੂੰ ਹਾਸਲ ਹੋ ਜਾਵੇਗੀ ਪਰ ਇੱਕ ਪਾਸੇ ਦਾ ਬੀਬੀ ਜਗੀਰ ਕੌਰ ਨੂੰ ਸੁਖਦੇਸ਼ ਸਿੰਘ ਢੀਂਡਸਾ ਦਾ ਸਾਥ ਆ 40 ਮੈਂਬਰਾਂ ਤੋਂ ਜ਼ਿਆਦਾ ਔਰ ਦੂਜੇ ਪਾਸੇ ਅਕਾਲੀ ਦਲ ਅਤੇ ਐਡਵੋਕੇਟ ਧਾਮੀ ਜੋ ਮੈਂਬਰ ਨੇ ਉਮੀਦਵਾਰ ਨੇ ਔਰ ਉਹਨਾਂ ਨੂੰ ਅਕਾਲੀ ਦਲ ਦਾ ਸਮਰਥਨ ਆ ਪਰ ਜਿਹੜੀ ਇਹ ਟੱਕਰ ਆ ਕਾਂਟੇਦਾਰ ਹੁੰਦੀ ਜਾ ਰਹੀ ਆ ਕਿਉਂਕਿ ਉਧਰ ਬੀਬੀ ਜਗੀਰ ਕੌਰ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਸੀ ਕਿ ਅਸੀਂ ਇਸ ਵਾਰ ਬਾਦਲਾ ਤੋਂ ਸ਼੍ਰੋਮਣੀ ਕਮੇਟੀ ਤੋਂ ਅਸਮੈਗ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ ਸਾਹਮਣੇ ਆਇਆ ਸੀ ਇਸ ਵਾਰ ਅਸੀਂ ਬਾਦਲਾ ਤੋਂ ਆ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਛਡਵਾ ਲਵਾਂਗੇ ਪਰ ਉਧਰ ਐਡਵੋਕੇਟ ਧਾਮੀ ਔਰ ਅਕਾਲੀ ਦਲ ਦਾ ਬਲਟੋਹਾ ਜੋ ਵਿਰਸਾ ਸਿੰਘ ਬਲਟੋਹਾ ਦਾ ਬਿਆਨ ਆਇਆ ਸੀ ਕਿ ਹਰ ਬਾਰ ਦੀ ਤਰ੍ਹਾਂ ਇਸ ਵਾਰ ਵੀ ਜੋ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦੀ ਪ੍ਰਧਾਨ ਜੀ ਦੀ ਚੋਣ ਦੇ ਵਿੱਚ ਐਡਵੋਕੇਟ ਧਾਮੀ ਹੀ ਜਿੱਤਣਗੇ ਸੋ ਦੇਖਣਾ ਹੋਵੇਗਾ ਕਿ ਜਦੋਂ ਇਸ ਦਾ ਰਿਜ਼ਲਟ ਆਵੇਗਾ ਸ੍ਰਮਣੀ ਗੁਰਦੁਆਰਾ ਪੰਦਕਮੰਡ ਦੀ ਪ੍ਰਧਾਨਗੀ ਦੇ ਵਿੱਚ ਕਿਹੜਾ ਉਮੀਦਵਾਰ ਬਾਜੀ ਮਾਰੇਗਾ